जिसके राशन कार्ड नहीं है इसके राशन कार्ड में बनवाऊंगी, जिसके लैट्रिन बाथरूम नहीं है मैं बनवाऊंगी। ਜਦੋਂ ਪਿੰਡ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਪੈਂਦੀਆਂ ਨੇ ਤਾਂ ਕਾਫੀ ਉਤਸ਼ਾਹ ਵੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਲੋਕ ਜਿਹੜੇ ਨੇ ਇੱਕ ਵਧੀਆ ਸਰਪੰਚ ਦੀ ਚੋਣ ਕਰਨਗੇ ਜੋ ਕਿ ਪਿੰਡ ਦਾ ਵਿਕਾਸ ਕਰੇਗਾ। ਤਾਂ ਇਸ ਦੌਰਾਨ ਜੋ ਸਰਪੰਚੀ ਦੇ ਉੱਤੇ ਖੜਾ ਹੁੰਦਾ ਹੈ ਤਾਂ ਉਸਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪਿੰਡ ਦਾ ਵਿਕਾਸ ਕੀਤਾ ਜਾਵੇਗਾ, ਪੱਕੀਆਂ ਗਲੀਆਂ ਬਣਾ ਦਿੱਤੀਆਂ ਜਾਣਗੀਆਂ, ਸੜਕਾਂ ਬਣਾ ਦਿੱਤੀਆਂ ਜਾਣਗੀਆਂ, ਇਸ ਦੇ ਨਾਲ ਨਾਲ ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜੀ ਦਿੱਕਤ ਆ ਪਿੰਡ ਦੇ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ। ਤਾਂ ਇਸੇ ਨੂੰ ਲੈ ਕੇ ਇੱਕ ਵੀਡੀਓ ਜਿਹੜੀ ਆ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਦੇ ਵਿੱਚ ਇੱਕ ਔਰਤ ਜਿਹੜੀ ਆ ਸਰਪੰਚੀ ਦੀਆਂ ਵੋਟਾਂ ਦੇ ਉੱਤੇ ਖੜੀ ਹੋਈ ਹੈ। ਤਾਂ ਉਸ ਦੇ ਵੱਲੋਂ ਵੀਡੀਓ ਜਾਰੀ ਕਰਕੇ ਇਹ ਅਪੀਲ ਲੋਕਾਂ ਨੂੰ ਕੀਤੀ ਗਈ ਹੈ, ਆਪਣੇ ਉੱਥੇ ਪਿੰਡ ਵਾਸੀਆਂ ਨੂੰ ਕੀਤੀ ਗਈ ਹੈ ਕਿ ਤੁਸੀਂ ਮੇਰੇ ਭੈਣ ਭਰਾਓ, ਤੁਸੀਂ ਮੈਨੂੰ ਵੋਟ ਪਾਓ। ਜਿਸ ਕਿਸੇ ਦਾ ਵੀ ਰਾਸ਼ਨ ਕਾਰਡ ਨਹੀਂ ਹੈ ਮੈਂ ਉਸਦਾ ਰਾਸ਼ਨ ਕਾਰਡ ਬਣਾ ਕੇ ਦੇਵਾਂਗੀ, ਜਿਸ ਕਿਸੇ ਦੇ ਘਰ ਵੀ ਬਾਥਰੂਮ ਨਹੀਂ ਹੈ ਤਾਂ ਮੈਂ ਉਸਨੂੰ ਬਾਥਰੂਮ ਬਣਾ ਕੇ ਦੇਵਾਂਗੀ। ਅਤੇ ਨਾਲ ਦੇ ਨਾਲ ਇੱਕ ਹੋਰ ਗੱਲ ਉਸਦੇ ਵੱਲੋਂ ਆਖੀ ਗਈ ਹੈ ਕਿ ਜਿਹੜੇ ਮੇਰੇ ਜੇਠ ਅਤੇ ਦੇਰ ਭਰਾ ਕੁਆਰੇ ਨੇ ਤਾਂ ਮੈਂ ਉਹਨਾਂ ਦਾ ਵਿਆਹ ਕਰਵਾਵਾਂਗੀ। ਤਾਂ ਇਹ ਜਿਹੜੀ ਅਨੋਖੀ ਹੀ ਗੱਲ ਜਿਹੜੀ ਹੈ ਇਸਦੇ ਵੱਲੋਂ ਆਖੀ ਗਈ ਹੈ, ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਕਿ ਜਦੋਂ ਕੋਈ ਸਰਪੰਚੀ ਦੀਆਂ ਵੋਟਾਂ ਦੇ ਉੱਤੇ ਖੜਾ ਹੁੰਦਾ ਤਾਂ ਉਸ ਉਮੀਦਵਾਰ ਦੇ ਵੱਲੋਂ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਪਿੰਡ ਦਾ ਵਿਕਾਸ ਕੀਤਾ ਜਾਵੇਗਾ, ਪਿੰਡ ਦੇ ਵਿੱਚ ਕਿਸੇ ਵੀ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਜੋ ਵੀ ਗਰੰਟਾਂ ਆਉਣਗੀਆਂ ਉਹਨਾਂ ਦਾ ਉੱਤੇ ਕੰਮ ਕੀਤਾ ਜਾਵੇਗਾ, ਉਹਨਾਂ ਨੂੰ ਪਿੰਡ ਦੇ ਵਿਕਾਸ ਦੇ ਲਈ ਲਗਾਇਆ ਜਾਵੇਗਾ, ਕੋਈ ਵੀ ਘਪਲੇਬਾਜ਼ੀ ਨਹੀਂ ਕੀਤੀ ਜਾਵੇਗੀ। ਹਰ ਇੱਕ ਲੋਕ ਦੀ ਜਿਹੜੀ ਹਰ ਇੱਕ ਲੋਕਾਂ ਦੀ ਜਿਹੜੀ ਆ ਗੱਲ ਨੂੰ ਸੁਣਿਆ ਜਾਵੇਗਾ, ਇਨਸਾਫ਼ ਦੀ ਗੱਲ ਕੀਤੀ ਜਾਂਦੀ ਹੈ। ਅਤੇ ਨਾਲ ਦੇ ਨਾਲ ਹੀ ਲੋਕਾਂ ਦੇ ਵੱਲੋਂ ਵੀ ਕਾਫ਼ੀ ਉਮੀਦਾਂ ਜਿਹੜੀਆਂ ਨੇ ਸਰਪੰਚ ਦੇ ਕੋਲੋਂ ਰੱਖੀਆਂ ਜਾਂਦੀਆਂ ਨੇ। ਤਾਂ ਜੇ ਕਿਤੇ ਗਲਤ ਉਮੀਦਵਾਰ ਚੁਣ ਲਿਆ ਜਾਂਦਾ ਹੈ ਤਾਂ ਸਾਰੀ ਜਿਹੜਾ ਸਾਲਾਂ ਦਾ ਜਿਹੜਾ ਆ ਉਹ ਪਛਤਾਵਾ ਰਹਿ ਜਾਂਦਾ। ਤਾਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਕਾਫ਼ੀ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਦੇ ਵਿੱਚ ਇੱਕ ਔਰਤ ਜਿਹੜੀ ਆ ਸਰਪੰਚੀ ਦੀਆਂ ਵੋਟਾਂ ਦੇ ਉੱਤੇ ਖੜੀ ਹੋਈ ਹੈ ਅਤੇ ਉਸਦੇ ਵੱਲੋਂ ਅਲੱਗ ਹੀ ਤਰੀਕੇ ਦਾ ਜਿਹੜਾ ਵਾਅਦਾ ਕੀਤਾ ਗਿਆ, ਐਲਾਨ ਕੀਤਾ ਗਿਆ। ਇਹ ਪਹਿਲੀ ਗੱਲ ਤਾਂ ਉਹ ਆਖਦੀ ਹੈ ਕਿ ਮੇਰੇ ਤੁਸੀਂ ਭੈਣ ਭਰਾਓ ਅਤੇ ਮੈਂ ਵੋਟਾਂ ਦੇ ਉੱਤੇ ਖੜੀ ਹੋਈ ਹਾਂ, ਸਰਪੰਚੀ ਦੀਆਂ ਵੋਟਾਂ ਦੇ ਉੱਤੇ ਖੜੀ ਹੋਈ ਹੈ ਅਤੇ ਮੈਨੂੰ ਤੁਸੀਂ ਵੋਟਾਂ ਪਾਓ, ਤੁਸੀਂ ਮੇਰੇ ਭੈਣ ਭਰਾਓ। ਜਿਸ ਕਿਸੇ ਦਾ ਵੀ ਰਾਸ਼ਨ ਕਾਰਡ ਨਹੀਂ ਹੈ ਤਾਂ ਮੈਂ ਉਸਨੂੰ ਰਾਸ਼ਨ ਕਾਰਡ ਬਣਾ ਕੇ ਦੇਵਾਂਗੀ, ਜੇਕਰ ਕਿਸੇ ਦੇ ਘਰ ਦੇ ਵਿੱਚ ਬਾਥਰੂਮ ਵਗੈਰਾ ਨਹੀਂ ਹੈ ਤਾਂ ਮੈਂ ਉਸਨੂੰ ਬਾਥਰੂਮ ਬਣਾ ਕੇ ਦੇਵਾਂਗੀ। ਤਾਂ ਨਾਲ ਦੇ ਨਾਲ ਉਸਦੇ ਵੱਲੋਂ ਇਹ ਗੱਲ ਇਹ ਐਲਾਨ ਆਖਿਆ ਗਿਆ, ਇਹ ਕਿਹਾ ਗਿਆ ਕਿ ਜੋ ਮੇਰੇ ਛੋਟੇ ਦੇਰ ਅਤੇ ਵੱਡੇ ਜੇਠ ਜਿਹੜੇ ਨੇ, ਮੇਰੇ ਭਰਾ ਜਿਹੜੇ ਨੇ ਕੁਆਰੇ ਨੇ, ਤਾਂ ਮੈਂ ਉਹਨਾਂ ਦਾ ਵਿਆਹ ਕਰਵਾਵਾਂਗੀ, ਘਰਾਂ ਦੇ ਵਿੱਚ ਨੂੰਹ ਲੈ ਕੇ ਆਵਾਂਗੀ, ਵਧੀਆ ਲੈ ਕੇ ਆਵਾਂਗੀ ਜੋ ਕਿ ਘਰ ਦੀ ਸੇਵਾ ਕਰੇਗੀ। ਤਾਂ ਇਹ ਗੱਲ ਜਿਹੜੀ ਆ ਉਸ ਔਰਤ ਦੇ ਵੱਲੋਂ ਆਖੀ ਗਈ ਹੈ ਅਤੇ ਇੱਕ ਵੱਖਰੇ ਹੀ ਤਰੀਕੇ ਦਾ ਐਲਾਨ ਜਿਹੜਾ ਇਸ ਔਰਤ ਦੇ ਵੱਲੋਂ ਕੀਤਾ ਗਿਆ, ਕਿਉਂਕਿ ਵੱਖ ਵੱਖ ਤਰੀਕੇ ਦੇ ਐਲਾਨ ਤਾਂ ਹਰੇਕ ਕੋਈ ਕਰਦਾ, ਪਰ ਇਸ ਤਰੀਕੇ ਦਾ ਐਲਾਨ ਜਿਹੜਾ ਪਹਿਲੀ ਵਾਰ ਇਸ ਔਰਤ ਦੇ ਵੱਲੋਂ ਕੀਤਾ ਗਿਆ ਜੋ ਕਿ ਸਰਪੰਚੀ ਦੀਆਂ ਵੋਟਾਂ ਦੇ ਉੱਤੇ ਖੜੀ ਹੋਈ ਹੈ। ਅਤੇ ਵੀਡੀਓ ਜਿਹੜੀ ਹੈ ਲਗਾਤਾਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ। ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਕਰਵਾ ਦਿੰਦੇ ਹਾਂ। ਮੇਰੇ ਨਾਮ ਸੋਨਾਲੀ ਹੈ, ਮੇਰੇ ਤਰਫ ਸੇ ਕਾਕੀ ਚਾਚੀ ਤਾਊ ਕਾਕਾ ਸਾਰਿਆਂ ਦਾ ਰਾਮ ਰਾਮ। ਮੈਂ ਗੁਭਾਣਾ ਗਾਉ ਸੇ, ਮੈਂ ਸਰਪੰਚ ਮੈਂ ਉੱਠੂ ਸੂ, ਮੈਨੇ ਸਾਰੀਆਂ ਨੇ ਵੋਟ ਦਿਓ। ਜਿਸਕੇ ਰਾਸ਼ਨ ਕਾਰਡ ਨਹੀਂ ਹੈ ਇਸਕੇ ਰਾਸ਼ਨ ਕਾਰਡ ਮੈਂ ਬਣਵਾਉਂਗੀ, ਜਿਸਕੇ ਲੈਟਰਿਨ ਬਾਥਰੂਮ ਨਹੀਂ ਹੈ ਮੈਂ ਬਣਵਾਉਂਗੀ, ਔਰ ਜੇਠ ਦੇ ਔਰ ਜਿਸਕੇ ਕੁਆਰ ਹੈ ਬਹੁ ਨਹੀਂ ਹੈ ਮੈਂ ਆਪਣੀ ਓਡੀਸ਼ਾ ਤੇ ਲੈ ਕੇ ਵਿਆਹ ਕਰਵਾਉਂਗੀ, ਔਰ ਮੇਰੀ ਕਿਸੇ ਲੰਬੀ ਠਾਡੀ ਤਗੜੀ ਸੁਥਰੀ ਬਹੁ। ਧੰਨਵਾਦ ਜੀ, ਰਾਮ ਰਾਮ ਜੀ। ਗੁਰੂ ਜੀ ਬੰਗਾਲੀ ਵਿਸ਼ਵ ਪ੍ਰਸਿੱਧ ਤਾਂਤਰਿਕ ਚਮਤਕਾਰ ਨੂੰ ਨਮਸਕਾਰ। 21 ਸਾਲ ਦਾ ਤਜਰਬਾ ਮੇਰੇ ਕੀਤੇ ਨੂੰ ਕੋਈ ਘੱਟ ਨਹੀਂ ਸਕਦਾ, 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ। ਬੰਧਨ ਕਿਸ ਨੇ ਕੀਤਾ, ਕਿਵੇਂ ਕੀਤਾ, ਕਦੋਂ ਕੀਤਾ ਅਤੇ ਕਿੱਥੋਂ ਕੀਤਾ, ਅਸੀਂ ਸਭ ਕੁਝ ਗਰੰਟੀ ਨਾਲ ਦੱਸਾਂਗੇ। ਪਤਾ ਨੋਟ ਕਰੋ, ਲੁਧਿਆਣਾ ਪੰਜਾਬ। ਕਾਲ ਕਰ ਸਕਦੇ ਹੋ 98784-29430। ਲਵ ਮੈਰਿਜ, ਘਰ ਕਲੇਸ਼, ਕਾਰੋਬਾਰ, ਘਰ ਦੀ ਸ਼ਾਂਤੀ, ਨੌਕਰੀ, ਸੌਤਨ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਹਰ ਕੰਮ ਗਰੰਟੀ ਨਾਲ ਕੀਤਾ ਜਾਂਦਾ ਹੈ। ਲਵ ਮੈਰਿਜ ਵਸ਼ੀਕਰਨ ਲੋਟਰੀ ਸਪੈਸ਼ਲਿਸਟ, ਵਿਦੇਸ਼ ਵਿੱਚ ਬੈਠੇ ਲੱਖਾਂ ਲੋਕਾਂ ਨੂੰ ਸਾਡੇ ਕੰਮ ਤੋਂ ਖੁਸ਼ੀਆਂ ਮਿਲੀਆਂ ਹਨ। 11 ਘੰਟਿਆਂ 'ਚ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਘਰ ਬੈਠੇ।